ਗਾਈਸ ਆਪਾਂ ਆਏ ਟਿਊਸ਼ਨ, ਇਹਨਾਂ ਦੇ ਦੇਖੋ ਕਿੰਨੇ ਤਿਆਰ ਹੋ ਕੇ ਆਏ, ਅੱਧਾ ਘੰਟਾ ਟਿਊਸ਼ਨ ਆ ਜਾਂਦਾ ਦੇਖੋ। ਤੁਸੀਂ ਇਹਨੇ ਤਿਆਰ ਹੋ ਕੇ ਪੜ੍ਹਨਾ ਨੇ ਟਿਊਸ਼ਨ, ਇੱਧਰ ਦੇਖ ਲਓ ਲਵੈਂਡਰ ਕਲਰ ਪਾਇਆ ਹੈ। ਦੋਸਤੋ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾਵਾਂਗੇ, ਉਸ ਤੋਂ ਪਹਿਲਾਂ ਦੱਸ ਦੇਣਾ ਚਾਹੁੰਦੇ ਕਿ ਛੋਟੀਆਂ ਛੋਟੀਆਂ ਬੱਚੀਆਂ ਜੋ ਕਿ ਟਿਊਸ਼ਨ ਪੜ੍ਹਨ ਦੇ ਲਈ ਆਉਂਦੀਆਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹ ਕਹਿਣ ਤੋਂ ਬਾਹਰ ਨੇ ਮਾਪਿਆਂ ਜਾਂ ਫਿਰ ਕਹਿ ਦਈਏ ਕਿ ਉਹਨਾਂ ਦੇ ਆਖੇ ਨਹੀਂ ਲੱਗਦੀਆਂ, ਅਤੇ ਛੋਟੇ ਛੋਟੀਆਂ ਬੱਚੀਆਂ ਜੋ ਕਿ ਮੋਬਾਈਲਾਂ ਨੇ ਪੱਟ ਦਿੱਤੇ ਨੇ ਅਤੇ ਉੱਥੇ ਜਾ ਕੇ ਹੀ ਉਹ ਬਲੌਗਿੰਗ ਕਰਨੀ ਸ਼ੁਰੂ ਕਰ ਰਹੇ, ਜਿਸ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਗਾਲਾਂ ਕੱਢੀ ਜਾ ਰਹੀਆਂ। ਤਾਂ ਸਾਨੂੰ ਵੀ ਲੈ ਚੱਲਦੇ ਸੀ ਪੂਰੀ ਵੀਡੀਓ ਵੱਲ, ਅਤੇ ਵੀਡੀਓ ਦੇਖਣ ਤੋਂ ਬਾਅਦ ਆਪਣੀ ਆਪਣੀ ਰਾਏ ਜ਼ਰੂਰ ਦਿਓ। ਸਤਿ ਸ਼੍ਰੀ ਅਕਾਲ ਗਾਈਜ਼, ਆਪਾਂ ਆਏ ਹਾਂ ਟਿਊਸ਼ਨ, ਇਹਨਾਂ ਦੇ ਦੇਖੋ ਕਿੰਨੇ ਤਿਆਰ ਹੋ ਕੇ ਆਏ, ਅੱਧਾ ਘੰਟਾ ਟਿਊਸ਼ਨ ਆ ਜਾਂਦਾ ਦੇਖੋ। ਤੁਸੀਂ ਇਹਨਾਂ ਤਿਆਰ ਹੋ ਕੇ ਪੜ੍ਹਨਾ ਨੇ ਟਿਊਸ਼ਨ, ਇੱਧਰ ਦੇਖ ਲਓ ਲਵੈਂਡਰ ਕਲਰ ਪਾਇਆ ਹੈ, ਇੱਧਰ ਦੇਖੋ ਜੀ ਬਾਹਰ ਗੁੱਲੇ ਛੱਡੇ ਵਾ, ਆਹ ਗਲੋਸ ਲਾਈ ਆ, ਬੂਟ ਦੇਖੋ, ਬੂਟ ਦੇਖੋ। ਇਸ ਪ੍ਰਤੀ ਲੋਕਾਂ ਨੇ ਅਲੱਗ ਅਲੱਗ ਪ੍ਰਤੀਕਿਰਿਆ, ਇੱਕ ਬਹੁਤ ਨੇ ਕਿਹਾ ਹੈ ਕਿ ਅਮੀਰ ਘਰਾਂ ਦੇ ਜਵਾਕ ਨੇ ਅਤੇ ਵਿਗੜੇ ਹੋਏ ਔਲਾਦ ਹੈ, ਬਾਕੀ ਬਹੁਤ ਸਾਰੀਆਂ ਹੋਰ ਟਿੱਪਣੀਆਂ ਕੀਤੀਆਂ। ਬਾਕੀ ਦੋਸਤੋ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ, ਜੋ ਇਹਨਾਂ ਕੁੜੀਆਂ ਨੇ ਇਹ ਵੀਡੀਓ ਬਣਾਈ ਹੈ, ਕਿ ਸਹੀ ਹੈ ਜਾਂ ਫਿਰ ਗਲਤ, ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਰੱਖੋ। ਜੁੜੇ ਰਹੋ, ਦਿਓ ਇਜਾਜ਼ਤ, ਰੱਬ ਰੱਖਾ।